ਵਰੇਮ ਸਿੰਘ ਸੰਧੂ ਦੀ ਕਹਾਣੀ ਚੌਥੀ ਕੂਟ ਜਿਉਂ ਹੀ ਸੂਰਜ ਦੂਰ ਪੱਛਮ ਚ ਉੱਚੇ ਲੰਮੇ ਰੁੱਖਾਂ ਵਿੱਚੋਂ ਦੀ ਾਂ ਤੇ ਫਿਰ ਹੋਰ ਾਂ ਹੋਣ ਲੱਗਾ ਤਾਂ ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਾਂ ਬੈਠਣ ਲੱਗਾ ਸੀ ਮੈਂ ਕਦੀ ਘੜੀ ਵੱਲ ਕਦੀ ਬਸ ਦੀ ਚਾਲ ਤੇ ਬਸ ਦੇ ਡਰਾਈਵਰ ਵੱਲ ਤੇ ਫਿਰ ਬਾਹਰ ਪਸਰ ਰਏ ਸ਼ਾਮ ਦੇ ਹਨੇਰੇ ਵੱਲ ਵੇਖ ਰਿਹਾ ਸਾਂ ਸੱਜੇ ਹੱਥ ਨਾਲ ਦੀ ਸੀਟ ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚੇਰੇ ਤੁੱਪੇ ਤੇ ਚਿੰਤਾ ਦੇ ਚਿੰਨ ਤਲਾਸ਼ ਕਰਨ ਲੱਗਾ ਤਾਂ ਅਗੋਂ ਮੁਸਕਰਾ ਪਿਆ ਸੀ ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈਵੇ ਅਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕਰ ਲੰਦਾ ਮਾਂ ਨੂੰ ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਗਾ ਲਓ ਮੈਂ ਆਖੂ ਤਾਂ ਪਾਸੇ ਕਰਕੇ ਰੋਕ ਦਿੰਨਾ ਹੂੰ ਕਿਸੇ ਬੱਕਰੀ ਦੀ ਹਲਾਤ ਤੇ ਉਹਨੇ ਨਾ ਪਸੰਦਗੀ ਦੇ ਅੰਦਾਜ਼ ਵਿੱਚ ਪਾਸੇ ਨੂੰ ਸਿਰ ਮਾਰਿਆ ਉਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬਸ ਵਿਚਲੀਆਂ ਪੱਗਾਂ ਵਾਲੀਆਂ ਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ ਪੱਗਾਂ ਵਾਲੀਆਂ ਸਵਾਰੀਆਂ ਗਿਣਤੀ 'ਚ 2 ਵੱਧ ਸਨ ਮੈਂ ਪਰੇਸ਼ਾਨ ਜਿਹਾ ਹੋ ਗਿਆ ਇੰਜ ਲੱਗਾ ਜਿਵੇਂ ਕਾਹਲੀ ਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ ਰਕਮ ਮੇਟ ਕੇ ਮੈਂ ਇੱਕ ਵਾਰ ਫੇਰ ਗਿਣਤੀ ਕੀਤੀ ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ-ਬਰਾਬਰ ਸਨ ਮੈਂ ਜਿਵੇਂ ਹਾਰ ਦਾ ਹਾਰ ਦਾ ਬਚ ਗਿਆ ਸਾਂ ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਨਾਲ ਢੋ ਲਾ ਲਈ ਤੇ ਜੇਬ ਚੋਂ ਛੋਟੀ ਕੰਗੀ ਕੱਢ ਕੇ ਵਾਲਾਂ ਚ ਫੇਰਨ ਲੱਗਾ ਫਿਰ ਕੰਗੀ ਜੇਬ ਚ ਪਾ ਕੇ bari ਚ ਬਾਹਰ ਫੈਲ ਰਹੇ ਸ਼ਾਮ ਦੇ ਕੁਸਮਸੇ ਚ ਨਜ਼ਰ ਘੱਟ ਦਿੱਤੀ ਹਨੇਰੇ ਵੱਲ ਵੇਖਦੀ ਜਿਵੇਂ ਪਲ ਪਰ ਲਈ ਮਿਲੇ ਸੁੱਖ ਉੱਤੇ ਫਿਰ ਸਿਆਹੀ ਫੈਲ ਗਈ ਸੀ ਸੂਰਜ ਡੁੱਬੇ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਸੀ ਤੇ ਫਿਰ ਇਸ ਦਿਸ਼ਾ ਵਿੱਚ ਪਿਛਲੇ ਦਿਨੀ ਦਿੱਲੀ ਰਹਿੰਦੇ ਮੇਰੇ ਭੂਆ ਦੇ ਪੁੱਤ ਰਕੇਸ਼ ਦੀ ਚਿੱਠੀ ਆਈ ਸੀ ਉਸ ਲਿਖਿਆ ਸੀ ਜੀਤਾ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ ਤੇ ਹਾਜ਼ਰ ਹੁੰਦਾ ਪਰ ਭਰਾਵਾ ਸੱਚੀ ਪੁੱਛੇ ਤਾਂ ਪਹਿਲੀ ਗੱਲ ਪੰਜਾਬ ਆਉਂਦੀ ਐ ਡਰ ਲੱਗਦਾ ਤੇ ਪੰਜਾਬ ਚ ਅੱਗੇ ਅੰਮ੍ਰਿਤਸਰ ਆਉਣਾ ਤਾਂ ਛੋਟੇ ਹੁੰਦੇ ਆ ਨਾਨੀ ਕੋਲੋਂ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ ਯਾਦ ਹੈ ਨਾ ਤੈਨੂੰ ਉਹ ਬਾਤ ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰੀ ਸੁਣੀ ਸੀ ਉਦੋਂ ਜਦੋਂ ਚੌਥੀ ਚ ਪੜਦਿਆਂ ਮੈਂ ਤਿੰਨ ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ ਰਾਜੀ ਹੋਣ ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟਿਕਾ ਕੇ ਲਿਆਈ ਸੀ ਸਰੋਵਰ 'ਚ ਇਸ਼ਨਾਨ ਕਰਵਾ ਕੇ ਦੁੱਖ ਭੰਜਣੀ ਬੇਰੀ ਸ਼ਾਮੀ ਸੌਣ ਲੱਗਿਆ ਦਿਨੇ ਉੱਠਣ ਲੱਗਿਆ ਰੋਟੀ ਖਾਣ ਲੱਗਿਆ ਉਹ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ ਜੀ ਤੇ ਕਰਦਾ ਸੀ ਉਸ ਦੇਵੀ ਸੂਰਤ ਦੇ ਦਰਸ਼ਨ ਕਰ ਜਾਵਾਂ ਪਤਾ ਨਹੀਂ ਹੋਰ ਸਾਲ ਹੈ ਕਿ 6 ਮਹੀਨੇ ਬਸਪਰਾਵਾ ਡਰਦਾ ਨਹੀਂ ਆ ਰਿਹਾ ਬਹਾਨਾ ਹੋਰ ਕੋਈ ਨਹੀਂ ਆ 500 ਰੁਪਏ ਦਾ ਡਰਾਫਟ ਭੇਜ ਰਿਆਂ ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈ ਤੇ ਮਾਮੇ-ਮਾਮੀ ਕੋਲੋਂ ਮੇਰੇ ਵੱਲੋਂ ਮਾਫੀ ਮੰਗ ਲਈ ਉੰਜ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਏ ਨਾਨਕੇ ਆਉਣ ਨੂੰ ਭਲਾ ਕੀ ਦਾ ਜੀ ਨਹੀਂ ਕਰਦਾ ਪਰ ਮੇਰੇ ਮਨ 'ਚ ਛੋਟੇ ਹੁੰਦੇ ਆ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ ਜਿਸ ਅਗੇ ਸ਼ਰਤ ਲਾਤੀ ਗਈ ਸੀ ਕਿ ਉਹ ਤਿੰਨੇ ਕੂਟਾਂ ਬਲ ਤਾਂ ਬੇਫਿਕਰੀ ਨਾਲ ਜਾ ਸਕਦਾ ਸੀ ਪਰ ਚੌਥੀ ਕੂਟਵਲ ਨਹੀਂ ਕਿਉਂਕਿ ਚੌਥੀ ਕੂਟਵਲ ਜਾਂਦੇ ਆ ਪੈਰ ਪੈਰ ਤੇ ਮੋੜ ਮੋੜ ਤੇ ਉਹਦੀ ਜਾਨ ਨੂੰ ਖਤਰਾ ਸੀ ਚੌਥੀ ਕੂਟਵਲ ਗਿਆ ਤਾਂ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ ਪਰ ਉਸ ਰਾਜਕੁਮਾਰ ਦੀ ਜਗਿਆਸਾ ਤੇ ਬਹਾਦਰੀ ਉਹਨੂੰ ਚੌਥੀ ਕੂਟਵਲ ਲੈ ਹੀ ਤਾਂ ਗਈ ਸੀ ਤੇ ਉਹ ਸਭ ਖਤਰਿਆਂ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ ਨਾ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜਾ ਸੀ ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸੀ ਜਿਹਦੇ ਮਨ ਚ ਸਿਰਫ ਇੰਨੀ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ ਘਟੋ-ਘਟੋ ਸਾਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ ਤੇ ਬਹਾਦਰੀ ਉੰਜ ਜਿਨ੍ਹਾਂ ਪਿੰਡਾਂ ਚ ਜਾ ਕੇ ਮੈਂ ਡਿਊਟੀ ਦਿੰਦਾ ਉਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਲਈ ਬਹਾਦਰੀ ਤੋਂ ਘੱਟ ਨਹੀਂ ਨਾਲੇ ਕਾਦੀ ਬਹਾਦਰੀ ਹੋਣਾ ਪਤਾ ਨਹੀਂ ਤੁਹਾਡੇ ਸੱਜਿਆਂ ਖੱਬਿਆਂ ਕਦੋਂ ਕਿਸ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ ਤੁਹਾਨੂੰ ਦੁਸ਼ਮਣ ਦਾ ਉਹਦੀ ਸਮਰੱਥਾ ਦਾ ਉਹਦੇ ਹਮਲੇ ਕਰਨ ਦੇ ਵੇਲੇ ਦਾ ਕੁਝ ਵੀ ਤਾਂ ਪਤਾ ਨਹੀਂ ਮੇਰੇ ਅਨ ਸਿਰ ਤੇ ਉੱਤੇ ਬਸ ਦੀ ਬੱਤੀ ਜਗ ਪਈ ਤਾਂ ਉਹਦੇ ਨਾਲ ਹੀ ਛੱਤ ਤੇ ਲਿਖੀਆਂ ਲਾਈਨਾਂ ਉਗੜ ਆਈਆਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ ਲਾਈਨਾਂ ਪੜ੍ਹ ਕੇ ਮੈਂ ਜੁਗਲਵਾਲ ਵੇਖ ਕੇ ਮੁਸਕਰਾਇਆ ਤੇ ਕਿਤੇ ਉਪੜੀ ਗੱਲ ਉਹਨੂੰ ਸੁਣਾਈ ਇੱਥੇ ਹੁਣੇ ਵੀ ਲਿਖ ਛੱਡਣਾ ਚਾਹੀਦਾ ਸواری ਆਪਣੀ ਜਾਨ ਦੀ ਵੀ ਆਪ ਜ਼ਿੰਮੇਵਾਰ ਹੋਏਗੀ। ਜੁਗਲ ਹੱਸ ਪਿਆ ਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਖੋਰ ਸੱਤਰ ਵਾਲੇ ਇਸ਼ਾਰਾ ਕੀਤਾ ਤੇ ਫੇਰ ਪੜਨ ਲੱਗਾ। ਸਿਰ ਤੇ ਬਾਜੂ ਬਾਹਰ ਨਾ ਕੱਢੋ ਜੀ ਤੇ ਉਹ ਫੇਰ ਬਸਾਂ ਚਾ ਵੜਨ ਵਾਲੇ ਪਿਸਤੌਲ ਧਾਰੀਆਂ ਦੇ ਹਵਾਲੇ ਨਾਲ ਉਹਨਾਂ ਵੱਲੋਂ ਹੀ ਆਖਣ ਲੱਗਾ ਸਿਰ ਤੇ ਬਾਜੂ ਬਾਹਰ ਨਾ ਕੱਢੋ ਜੀ ਅਸੀਂ ਅੰਦਰ ਹੀ ਆ ਜਾਂਦੇ ਹਾਂ। ਅਸੀਂ ਆਪਣੇ ਆਪ ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ ਹਾਸੇ ਵਿੱਚ ਵੀ ਸਹਿਮ ਰਲਿਆ ਹੋਇਆ ਸੀ। ਚੰਡੀਗੜ੍ਹੋਂ ਡੀਪੀਆਈ ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ ਆਖਰੀ ਬੱਸ ਲੰਘ ਜਾਏ ਤੇ ਰਹਿਣ ਲਈ ਕੋਈ ਠਾਰ ਨਾ ਹੋਵੇ ਤੇ ਸਾਡੇ ਵਰਗੇ ਲੋਕਾਂ ਲਈ ਜੋ ਮੁਸ਼ਕਲ ਬਣਦੀ ਹੈ ਉਹਦਾ ਅਨੁਮਾਨ ਲਾਉਣਾ ਔਖਾ ਨਹੀਂ ਖਾਸ ਤੌਰ ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਹੀ ਨਹੀਂ ਜਾਨ ਬਚਾਉਣ ਦੀ ਸਮੱਸਿਆ ਵੀ ਸਿਰ ਤੇ ਆ ਖੜੀ ਹੁੰਦੀ ਹੈ ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ ਅੱਜ ਘਰ ਮੜੋਂ ਦੀ ਪੱਕੀ ਕਰਕੇ ਆਏ ਸੀ ਰਾਤ ਘਰ ਨਾਮ ਪਹੁੰਚਣ ਦਾ ਮਤਲਬ ਸੀ ਦੋਹਾਂ ਘਰਾਂ ਦੇ ਘਰ ਦੇ ਜੀਆਂ ਨੂੰ ਸਾਰੀ ਰਾਤ ਪੈ ਤੇ ਚਿੰਤਾ ਦੀ ਝੂਲੀ ਤੇ ਟੰਗੀ ਰੱਖਣਾ ਸ਼ਾਦੀ ਗਮੀ ਤੇ ਜਾਣ ਤੋਂ ਬਿਨਾ ਮੈਂ ਤਾਂ ਹੁਣ ਕਦੀ ਬਾਹਰ ਹੀ ਨਹੀਂ ਸੀ ਠਹਿਰਦਾ ਸੂਰਜ ਡੁੱਬਣ ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ ਇੱਕ ਗੱਲ ਹੋਰ ਵੀ ਸੀ ਸਵੇਰੇ ਮੇਰੇ ਕੋਲ ਇੱਕ ਮਾਸਟਰ ਹਰਚਰਨ ਦੀ ਕੁੜੀ ਦਾ ਵਿਆਹ ਵੀ ਸੀ ਹਰ ਚਰਨ ਚੰਗਾ ਬੰਦਾ ਸੀ ਮੇਰੀ ਭੈਣ ਸ਼ੀਲਾ ਦੇ ਵਿਆਹ ਤੇ ਉਹਨੇ 10000 ਰੁਪਇਆ ਮੈਨੂੰ ਹੱਥ ਉਧਾਰ ਦਿੱਤਾ ਸੀ ਜੋ ਮੈਂ ਅਜੇ ਵੀ ਉਹਨੂੰ ਮੋੜਨਾ ਸੀ ਤੇ ਉੰਜ ਵੀ ਉਹ ਤੋਂ ਤੇਲ ਕਢਾਉਣ ਲਈ ਤੋਰੀਆ ਬਾਸਮਤੀ ਚਾਲ ਗੁੜ ਗੰਨੇ ਲੋੜ ਅਨੁਸਾਰ ਲੈ ਲੈ ਆਈਦੇ ਸੀ ਆਪਾਂ ਵੀ ਕਦੀ ਉਸ ਨਾਲ ਬਾਹਾਂ ਵਾਲੀ ਗੱਲ ਨਹੀਂ ਕੀਤੀ ਐਫੀਸ਼ੀਐਂਸੀ ਬਾਰ ਦਾ ਕੇਸ ਹੋਵੇ ਜਾਂ ਡੀਓ ਦਫ਼ਤਰ ਕੋਈ ਕੰਮ ਹੋਵੇ ਆਪ ਕਰਵਾ ਕੇ ਦੇਈਦਾ ਬਿਨਾਂ ਪੈਸਿਆਂ ਤੋਂ ਹੁਣ ਜੇ ਸਵੇਰੇ ਨਾ ਪਹੁੰਚਦਾ ਤਉ ਸਾਖਣਾ ਸੀ ਉਸकी ਆਖਣਾ ਸੀ ਮੇਰਾ ਮਨ ਹੀ ਨਹੀਂ ਮੰਨਦਾ ਕਿ ਧੀ ਧਿਆਣੀ ਨੂੰ ਸ਼ਗਨ ਪਾਉਣ ਵੀ ਨਾ ਪਹੁੰਚਾਂ ਉੰਜ ਵੀ ਰਾਤ ਹੋਟਲਾਂ ਚ ਠਹਿਰਨ ਦੀ ਸਾਡੇ ਬਾਹੂ ਲੋਕਾਂ ਚ ਪਹੁੰਚ ਕਿੱਥੇ ਰਾਜੂ ਵੇਖ ਲੈ ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹੋਂ ਬਸ ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਤੇ ਘੜੀਪਲ ਠੌਂਕਾ ਲਾ ਕੇ ਵੀ ਸਵੇਰੇ ਡਿਊਟੀ ਤੇ ਜਾਣ ਲਈ ਤਿਆਰ ਵਰ ਤਿਆਰ ਹੋਈਦਾ ਸੀ ਤੇ ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦੀ ਕਹਾਣੀ ਹੋ ਕੇ ਰਹਿ ਗਿਆ ਸੀ ਇੱਕ ਸੁਪਨੇ ਵਾਂਗ ਦੂਰ ਬਹੁਤ ਦੂਰ ਕਿਧਰੇ ਪਿੱਛੇ ਵੱਲ ਕਿਸੇ ਦੱਸਿਆ ਜਲੰਧਰ ਨੂੰ ਆਖਰੀ ਵਾਰਸ ਅਜੇ ਜਾਣੀ ਸੀ ਜੇ ਅਸੀਂ ਉੱਥੇ ਚੜ ਜਾਈਏ ਤਾਂ ਜਲੰਧਰ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਮਿਲ ਸਕਦੀ ਸੀ ਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਹੀ ਨਹੀਂ ਸਗੋਂ ਉਸ ਤੋਂ ਵੀ ਕਿਤੇ ਤੇਜ਼ ਦੌੜਦਾ ਰਿਹਾ ਮੈਂ बार-बार ਘੜੀ ਤੋਂ ਟਾਈਮ ਦੇਖਦਾ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਖੜੜ ਰੋਪੜ ਨਵਾਂ ਸ਼ਹਿਰ ਬੰਗਾ ਫਗਵਾੜਾ ਬਸੇ ਪਹੁੰਚਣ ਦਾ ਵਕਤ ਮਨ ਹੀ ਮਨ ਨਿਸ਼ਚਿਤ ਕਰਦਾ ਰਿਹਾ ਸੀ ਪਰ ਹਰੇਕ ਥਾਂ ਤੇ ਬੱਸ ਮੇਰੇ ਅਨੁਮਾਨਤ ਸਮੇਂ ਤੋਂ ਪਛੜ ਕੇ ਹੀ ਪਹੁੰਚਦੀ ਰਹੀ ਇੰਜ ਮੈਨੂੰ ਆਪਣੀ ਤੇ ਗੱਡੀ ਵਿੱਚ ਲਈ ਵਿਥ ਵੱਧਦੀ ਜਾਂਦੀ ਜਾਪੀ ਮੈਨੂੰ ਘਬਰਾਹਟ ਹੋਣ ਲੱਗੀ ਸੀ ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ ਮੇਰੇ ਮਨ ਨੇ ਵਿੱਚੋਂ ਹੀ ਕਿਹਾ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖ ਸੁੱਖਾਂ ਨਾਲ ਪਹੁੰਚਣ ਦੀ ਗੱਲ ਸੋਚ ਮੈਨੂੰ ਯਾਦ ਆ ਪਿਆ ਹੁਣੇ ਕੋਈ ਜਣਾ ਡਰਾਈਵਰ ਦੀ ਪੁੜਪੁੜੀ ਤੇ ਪਿਸਤੌਲ ਦੀ ਠੰਡ ਠੰਡੀ ਨਾਲ ਹੀ ਰੱਖੇਗਾ ਤੇ ਉਹਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੋੜਨ ਲਈ ਆਖੇਗਾ ਤੇ ਦੂਜੇ ਹੀ ਪਲ ਮੇਰੇ ਪਿੱਛਾ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਲਈ ਮੇਰੇ ਤੋਂ ਹੀ ਆਪਣਾ ਖਾਤਾ ਖੋਲੇਗਾ ਜੁਗਲ ਫੇਰ ਦਿਨਾਂ ਦਾ ਰੋਣਾ ਲੈ ਬੈਠਾ ਵੇਖ ਲਾ ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਏ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਦੇ ਕੇ ਸੌ ਜਾਂਦੇ ਸੀ ਇਹਨਾਂ ਨੇ ਕੀ ਕਰਤਾ ਮੈਂ ਉਹਦੀ ਹਾਂ ਝਾਂ ਮਲਾਈ ਏ ਅਚਾਨਕ ਮੇਰੇ ਜ਼ੈਨ ਦੀ ਗਰਾਰੀ ਉਹਦੇ ਆਖਰੀ ਬਾਗ ਤੇ ਅੜ ਗਈ ਇਹ ਉਹਨਾਂ ਨੇ ਕੀ ਕਰਤਾ ਮੈਂ ਆਪਣੇ ਮਨ ਨੂੰ ਪੁੱਛਿਆ ਇਹ ਕੌਣ ਸਨ ਜਿਨ੍ਹਾਂ ਨੇ ਇਹ ਸਭ ਕੁਝ ਕਰ ਦਿੱਤਾ ਸੀ ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅਮਰਤਾ ਰੀਡੀਪੀ ਬੋਲ ਪਿਆ ਬ੍ਰਾਹਮਣ ਹੋਰ ਕੌਣ ਉਹ Hindu ਨਹੀਂ ਆਖੇਗਾ ਬ੍ਰਾਹਮਣ ਆਖੇਗਾ ਬੜਾ ਕਰੋੜ ਕੇ ਫਿਰ ਆਖੇਗਾ ਲੁਟੇਰਾ ਕੌਮ ਝੂਠੀ ਤੇ ਬੇਈਮਾਨ ਮਿਸਣੀ ਤੇ ਧੋਖੇਬਾਜ਼ ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ ਕਦੀ ਪਹਿਲਾਂ ਆਂਦੇ ਸੀ ਸਾਡੇ ਨਾਲ ਰਹੋ ਆਜ਼ਾਦ ਹੋ ਲਈਏ ਤੁਹਾਡੇ ਰਹਿਣ ਲਈ ਇੱਕ ਖਿੱਤਾ ਦੇਾਂਗੇ ਆਜ਼ਾਦੀ ਦਾ ਨਿਗ ਮੰਨਣ ਲਈ ਤੇ ਆਜ਼ਾਦ ਹੁੰਦੇ ਹੀ ਆ ਕਿ ਤੁਸੀਂ ਤਾਂ ਜਰੈਂਪੇਸ਼ਾ ਕੌਮ ਤੇ ਨਿਗ ਨਿਗ ਦਿੱਤਾ ਬਲ ਦੇ ਟੈਰ ਗਲਾਂ 'ਚ ਪਾ ਕੇ ਫਿਰ ਸਮਝੌਤੇ ਕਰਦੇ ਨੇ ਮੁੱਕਰ ਜਾਂਦੇ ਨੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ ਸਾਰਾ ਹਿੰਦੁਸਤਾਨ ਸਿਰ ਤੇ ਝੁਕਣਾ ਲਿਆ ਸੱਚੀ ਗੱਲ ਹੈ ਅ빠 ਤਾਂ ਕਦੀ ਅੱਗੋਂ ਬੋਲੇ ਹੀ ਨਹੀਂ ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ ਹੈ ਗੁੱਸਾ ਤਾਂ ਆਉਂਦਾ ਹੈ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਪਰ ਹੋਰ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ ਸਾਰੇ ਉਹਦੀ ਗੱਲ ਨੂੰ ਟਾਲਦੇ ਹੀ ਐ ਨਾਲੇ ਬੋਲ ਕੇ ਕੌਣ ਮੌਤ ਨੂੰ ਸੱਦਾ ਦੇਵੇ ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ ਵੀ ਉੱਧਰ ਰਲ ਗਿਆ ਸੀ ਅਜੇ 4 ਮਹੀਨੇ ਵੀ ਨਹੀਂ ਹੋਏ ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ ਚ ਦੰਦ ਦੰਦ ਨਾਉਂਦੇ ਆਏ ਸੀ ਤੇ ਮਿੰਟਾਂ ਚ ਤਿੰਨ ਮਾਸਟਰਾਂ ਨੂੰ ਗੋਲੀਆਂ ਨਾਲ ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਬੱਸ ਹੁਜਕੇ ਨਾਲ ਰੁਕੀ ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਚ ਸੌਖ ਤੇ ਸਮੇਂ ਦੀ ਬਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ ਤੇ ਪਤਾ ਲੱਗਾ ਗੱਡੀ ਤਾਂ ਲੰਘ ਚੁੱਕੀ ਸੀ। ਉਹਨੇ ਕਿਹਾ 3 ਵੀਲਰ ਲੈ ਲਓ ਹਿੰਮਤ ਕਰੋ ਜਲੰਧਰੋਂ ਗੱਡੀ ਮਿਲ ਸਕਦੀ ਹੈ। ਅਜੇ ਥੋੜਾ ਚਿਰ ਹੋਇਆ ਇੱਥੋਂ ਲੱਗੂਗੀ। ਬਸ ਡਰਾਈਵਰ ਨੂੰ ਗਾਲ੍ਹਾਂ ਦਿੰਦੇ ਕਾਲੀ ਕਾਲੀ 3 ਵੀਲਰ ਲੈ ਕੇ ਜਦੋਂ ਰੇਲਵੇ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚੇ ਪਤਾ ਲੱਗਾ ਗੱਡੀ ਉੱਥੋਂ ਵੀ ਤਰ ਚੁੱਕੀ ਸੀ ਮੈਂ ਨਿਰਾਸ਼ਾ ਚ ਮੱਥੇ ਤੇ ਹੱਥ ਮਾਰਿਆ ਹੁਣ ਫੇਰ ਜੁਗਲ ਦਾ ਇਸ ਸਹਿਮਿਆ ਹੋਇਆ ਸਵਾਲ ਤਾਂ ਪਹਿਲਾਂ ਹੀ ਮੇਰੇ ਅੰਦਰ ਵਰਚੇ ਵਾਂਗ ਖੋਬਿਆ ਪਿਆ ਸੀ ਜਿਹਦਾ ਜਵਾਬ ਲੱਭਣ ਲਈ ਮੈਂ ਅੰਦਰ ਦੌੜ ਦੌੜ ਕੇ ਹਫ ਚੁੱਕ ਹਫ ਥੱਕ ਚੁੱਕਾ ਸੀ ਹੁਣ ਤਾਂ ਇਹੋ ਹੀ ਹੋ ਸਕਦਾ ਵੀ ਬਾਤਾਂ ਵਾਲੇ ਪਹੁੰਚਣ ਪੈਰੀ ਜਦ ਹੋਵੇ ਕੋਈ ਉਡਣਖਟੋਲਾ ਜਸਟ ਬੈਠ ਕੇ ਅਸਮਾਨ ਰਾਹੀਂ ਉੱਡ ਕੇ ਪਹੁੰਚ ਜਾਈ ਅੰਮ੍ਰਿਤਸਰ ਪਲੇਟਫਾਰਮ ਉਤਲੇ ਲੱਕੜ ਦੇ ਬੈਂਚ ਤੇ ਬੈਠ ਕੇ ਮੈਂ ਮਹਿਸੂਸ ਕੀਤਾ ਕਿ ਮੇਰੇ ਬੌਲੰਚ ਬੇਮਲੂਮੀ ਖਿਜਵੀ ਸੀ ਜੁਗਲ ਮੈਨੂੰ ਕੁਝ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਲਾ ਕਹਿਣ ਲੱਗਾ ਜਿਨੇ ਹਨੇਰਾ ਹੋਣ ਤੋਂ ਬਾਅਦ ਬਸਾਂ ਦੇ ਨਾਲ-ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰਤਾ ਹੋਇਆ ਸੀ ਥੋੜੇ ਚਿਰ ਪਿਛੇ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਤੇ ਪਲੇਟਫਾਰਮ ਤੇ ਆ ਲੱਗੀ ਮੈਂ ਆਸਰੇ ਵਿੱਚ ਬੈਂਚ ਤੋਂ ਉੱਠ ਕੇ ਖੜੋ ਗਿਆ ਉਸ ਤੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋ ਗਈਆਂ ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਪੁੱਛ ਲਿਆ ਇਹ ਅੰਬਰਸਰ ਜਾਣੀ ਹੈ ਨਹੀਂ ਜੀ ਮੇਰਾ ਖਿਆਲ ਹੈ ਇੱਥੋਂ ਤੱਕ ਹੀ ਹੈ ਸਵਾਰੀ ਅੱਗੇ ਨਿਕਲ ਗਈ ਤੇ ਸਾਡੇ ਅੰਦਰ ਚੱਲਣ ਲੱਗਾ ਅਨਾਰ ਇੱਕਦਮ ਬੁੱਝ ਗਿਆ ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ-ਹੌਲੀ ਬਾਹਰ ਹੋ ਗਈਆਂ ਸਾਰੇ ਅਸੀਂ ਨਿਰਾਸ਼ ਉਦਾਸ ਤੇ ਘਬਰਾਏ ਹੋਏ ਪਲੇਟਫਾਰਮ ਤੇ ਖੜੋਤੇ ਸੀ ਕੁਝ ਸੁਰੱਖਿਆ ਕਰਮਚਾਰੀ ਜਿਨ੍ਹਾਂ 'ਚ ਰੇਲਵੇ ਪੁਲਿਸ ਸੀਆਈਪੀਐਫ ਤੇ ਪੰਜਾਬ ਪੁਲਿਸ ਦੇ ਬੰਦੇ ਵੀ ਸਨ ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ ਚ ਵੜ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ ਕਿਦਰੇ ਕੋਈ ਸਮਾਜ ਦੁਸ਼ਮਣਾਂ ਅੰਸਰ ਵਿੱਚ ਵੜ ਕੇ ਨਾ ਬੈਠਾ ਹੋਵੇ ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸਨ ਅੰਮਰਸਰ ਜਾਣਾ ਜੇ ਬਾਉ ਜੀ ਇੱਕ ਅੱਧ ਖੜੂ ਮਰਦਾ ਸਰਦਾਰ ਜੀ ਨੇ ਹੱਥ ਚ ਛੋਟਾ ਜਿਹਾ ਸੂਟਕੇਸ ਫੜਿਆ ਸੀ ਸਾਡੇ ਕੋਲ ਆ ਕੇ ਖੜੋ ਗਿਆ ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦੇ ਆਂ ਵੇਖ ਚੁੱਕਾ ਸੀ ਮੈਨੂੰ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਵੇਖਿਆ ਸੱਚ ਗੱਲ ਤਾਂ ਇਹ ਹੈ ਸ਼ੱਕ ਨਾਲ ਵੇਖਿਆ ਪਰ ਦੂਜੇ ਪਾਲੀ ਮੇਰਾ ਸ਼ੱਕ ਦੂਰ ਹੋ ਗਿਆ ਮੈਂ ਵੀ ਅੰਬਰਸਰ ਜਾਣਾ ਪਛੜ ਗਿਆ ਬਸ ਗਲਤੀ ਹੋ ਗਈ ਆ ਗੱਡੀ ਉਹ ਅੰਬਰਸਰ ਨੂੰ ਜਾਣੀ ਆ ਇੱਥੋਂ ਅੱਗੇ ਖਾਲੀ ਹੋ ਜਾਂਦੀ ਹੈ ਸਵਾਰੀ ਨਹੀਂ ਕੋਈ ਲੈ ਜਾਂਦੀ ਜੇ ਭਲਾ ਤਰਲਾ ਮਿਹਨਤ ਕਰ ਵੇਖੀਏ ਕਿਸੇ ਦਾ ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਚ ਸੁਭਾਵਕ ਹੀ ਆ ਸ਼ਾਮਲ ਹੋਇਆ ਤੇ ਇੱਕ ਪਲ ਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਆਉਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਉਹਨੂੰ ਸਵਾਲ ਕੀਤਾ। ਜਿਹੜੀ ਗਾਰਡ ਗੱਡੀ ਦੇ ਨਾਲ ਜਾਂਦੀ ਐ, ਉਹਨਾਂ ਚੋਂ ਕਿਸੇ ਨੂੰ ਪੁੱਛ ਵੇਖੀਏ। ਭਲਾ ਕਿਸੇ ਦੇ ਮਨ ਮੇਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜਾ ਉੱਤਾ ਸੀ ਤੇ ਅੰਦਰ ਬੜੇ ਸਪਾਈ ਨੂੰ ਆਖ ਰਿਹਾ ਸੀ। ਛਿੰਦਿਆ ਸੀਟਾਂ ਦੇ ਹੇਠਾਂ ਉੱਤੇ ਚੰਗੀ ਤਰ੍ਹਾਂ ਦੇਖ ਲਈ ਓਏ। ਅਸੀਂ ਉਸ ਹੌਲਦਾਰ ਦੇ ਨਾਲ ਗੱਲ ਕਰਨ ਦੀ ਸੋਚੀ। ਮੈਂ ਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹੌਲਦਾਰ ਨੂੰ ਪੁੱਛਣ ਲਈ ਸਰਦਾਰ ਹੀ ਟੁਕਮਾ ਬੰਦਾ ਸੀ ਸਾਬਹਾਦਰ ਅਸੀਂ ਤਿੰਨ ਸਵਾਰੀਆਂ ਅੰਮਰਸਰ ਜਾਣਾ ਜਿਵੇਂ ਵੀ ਹੋਵੇ ਸਾਡੀ ਮਦਦ ਕਰੋ ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰਦੇ ਹਾਂਗੇ ਮੈਨੂੰ ਲੱਗਾ ਸੇਵਾ ਵਾਲੀ ਗੱਲ ਸਰਦਾਰ ਨੇ ਬਹੁਤ ਟੁਕਮੇ ਕੀਤੀ ਸੀ ਅਸੀਂ ਹੌਲਦਾਰ ਦੇ ਮੂੰਹ ਹਲ ਵੇਖ ਰਹੇ ਸੀ ਨਾ ਉਹ ਨਾ ਪਾ ਅਸੀਂ ਪੰਜਾਬ ਪੁਲਿਸ ਵਾਲੇ ਤਾਂ ਅੱਗੇ ਹੀ ਬੜੇ ਬਦਨਾਮ ਆ ਅਖੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਆ ਕਿਸੇ ਹੋਰ ਨੂੰ ਪੁੱਛੋ ਜੀ ਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤੇ ਡੱਬੇ ਚੋਂ ਉਤਰਦੇ ਸਪਾਈ ਨੂੰ ਪੁੱਛਣ ਲੱਗਾ ਠੀਕ ਠਾਕ ਹੈ ਨਾ ਸਭ ਬਸ ਐਮ ਫੀ ਆਈਟੀ ਫਟਾ ਸਿਪਾਈ ਨੇ ਮੋੜਵਾਂ ਜਵਾਬ ਦਿੱਤਾ ਤੇ ਉਹ ਹੱਸਦੇ ਹੋਏ ਪਰਖੜੋਤੇ ਇੱਕ ਹੋਰ ਸਪਾਈ ਵੱਲ ਤੁਰ ਗਏ ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਹਲ ਵੇਖਣ ਲੱਗੇ ਮੈਂ ਪਤਾ ਕਰਦਾ ਇਹ ਕਹਿੰਦਾ ਹੋਇਆ ਜੁਗਲ ਰੇਲਵੇ ਪੁਲਿਸ ਦੇ ਕਰਮਚਾਰੀ ਵੱਲ ਗਿਆ ਥੋੜੀ ਦੇਰ ਪਿਛੋਂ ਵਾਪਸ ਆਇਆ ਤਾਂ ਸਾਡੇ ਪੁੱਛਣ ਤੋਂ ਪਹਿਲਾਂ ਹੀ ਹੱਸਦਾ ਆਖਣ ਲੱਗਾ ਸਭ ਕੰਜਰਦੀਨ ਨੇ ਕੋਈ ਪੱਲਾ ਹੀ ਨਹੀਂ ਫੜਾਉਂਦਾ ਬੁਰੇ ਫਸੇ ਓਹੋ ਹਵਾਲਦਾਰ ਫੇਰ ਸਾਡੇ ਕੋਲ ਦੀ ਲੰਘਿਆ ਐਤਕੀ ਮੈਂ ਤਰਲਾ ਚ ਆ ਲਿਆ ਕਰੋ ਸਰਦਾਰ ਜੀ ਕਿਰਪਾ ਸਾਡੇ ਤੇ ਕਿਰਪਾ ਨੂੰ ਬਾਉ ਜੀ ਗੱਡੀ ਕਿਹੜੇ ਮੇਰੇ ਪਿਓ ਦੀ ਆ ਉਹ ਥੋੜਾ ਜਿਹਾ ਖਿਰ ਗਿਆ ਸੀ ਪਰ ਥੋੜਾ ਜਿਹਾ ਅੱਗੇ ਜਾ ਕੇ ਉਹਨੇ ਆਖਿਆ ਆ ਗਾਰਡਨ ਨਾਲ ਗੱਲ ਕਰ ਵੇਖੋ ਅਸੀਂ ਆਸ ਨਾਲ ਗਾੜ ਦੇ ਡੱਬੇ ਵੱਲ ਤੁਰ ਪਏ ਉਬਾਰ ਕਿਸੇ ਬੰਦੇ ਨਾਲ ਗੱਲیں ਲੱਗਾ ਹੋਇਆ ਸੀ ਅਸੀਂ ਕੁਝ ਕਦਮ ਔਰ ਅੰਖ ਲੋ ਗਏ ਸ਼ਿਸ਼ਟਾਚਾਰ ਵਜੋਂ ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ ਇੰਜ ਕਿੰਨਾ ਚਿਰ ਖੜੋਤੇ ਰਹਾਂਗੇ ਕਿਤੇ ਉਹ ਨਾ ਹੋਵੇ ਵੀ ਗੱਡੀ ਤੁਰਨ ਦਾ ਵੇਲਾ ਹੋ ਜਾਏ ਤੇ ਅਸੀਂ ਅਜੇ ਗੱਲ ਵੀ ਨਾ ਕਰ ਸਕੀ ਬਾਉ ਜੀ ਤੁਸੀਂ ਕਰੋ ਗੱਲ ਗਾਰਡ ਦੀ ਬਾਰੀ ਦਿਖ ਦੇਖ ਕੇ ਹੀ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ ਸਰ ਬੜੀ ਪ੍ਰੋਬਲਮ ਚ ਫਸ ਗਏ ਆ ਚੰਡੀਗੜ੍ਹੋਂ ਵਸਤੇ ਤੁਰੇ ਸੀ ਸੋਚਿਆ ਜਲੰਧਰ ਉਹ ਗੱਡੀ ਫੜ ਲਾਂਗੇ ਪਰ ਗੱਡੀ ਪਹਿਲਾਂ ਹੀ ਲੰਘ ਗਈ ਅੰਮ੍ਰਿਤਸਰ ਲੈ ਜਾਓ ਬੜੀ ਮਿਹਰਬਾਨੀ ਹੋਏਗੀ ਤੁਹਾਡੀ ਮੁਸ਼ਕਲ 'ਚ ਬੰਦਾ ਹੀ ਬੰਦੇ ਦਾ دارو ਹੁੰਦਾ ਤੁਹਾਡੇ ਡੱਬੇ 'ਚ ਖੜੋ ਖੜਾ ਕੇ ਚਲੇ ਜਾਾਂਗੇ ਧੰਨਵਾਦ ਚਲਦਾ